ਅਧਿਆਪਕ ਤੇ ਬੱਚਿਆਂ ਵਿਚਾਲੇ ਪਿਆਰ ਹੋਣਾ ਜ਼ਰੂਰੀ ਹੈ, ਪਰ ਉਹ ਪੜ੍ਹਾਈ ਨੂੰ ਲੈ ਕੇ ਹੋਣਾ ਚਾਹੀਦਾ, ਨਾ ਕਿ ਕਿਸੇ ਹੋਰ ਕੰਮ ਲਈ। ਪਰ ਜਲੰਧਰ ਦੇ ਇੱਕ ਨਿੱਜੀ ਸਕੂਲ ਦੀ ਮੈਡਮ ਦਾ ਆਪਣੇ ਹੀ ਵਿਦਿਆਰਥੀ ਨਾਲ ਪਿਆਰ ਪੈ ਗਿਆ, ਜਿਸ ਕਾਰਨ ਦੋਵਾਂ ਵਿਚਾਲੇ ਅਸ਼ਲੀਲ ਗੱਲਾਂ ਤੱਕ ਹੋਣ ਲੱਗ ਪਈਆਂ। ਗੱਲ ਇੰਨੀ ਅੱਗੇ ਵਧੀ ਕਿ ਦੋਵਾਂ ਵਿਚਾਲੇ ਅਸ਼ਲੀਲ ਵੀਡੀਓ ਕਾਲ ਵੀ ਹੋਣ ਲੱਗ ਪਏ, ਜਿਸ ਦਾ ਫਾਇਦਾ ਚੁੱਕਦਿਆਂ ਵਿਦਿਆਰਥੀ ਨੇ ਆਪਣੀ ਮੈਡਮ ਦਾ ਅਸ਼ਲੀਲ ਵੀਡੀਓ ਰਿਕਾਰਡ ਕਰਕੇ ਵਾਇਰਲ ਕਰ ਦਿੱਤਾ। ਇਹ ਵਾਇਰਲ ਵੀਡੀਓ 2 ਮਿੰਟ 5 ਸੈਕਿੰਡ ਦਾ ਦੱਸਿਆ ਜਾ ਰਿਹਾ। ਮਾਮਲੇ ਨੇ ਤੂਲ ਫੜਿਆ ਤਾਂ ਗੱਲ ਪੁਲਿਸ ਕੋਲ ਪਹੁੰਚੀ, ਪਰ ਸ਼ਿਕਾਇਤ ਹਾਲੇ ਤੱਕ ਦਰਜ ਨਹੀਂ ਕਰਵਾਈ ਗਈ। ਜਿਹੜਾ ਮੈਸੇਜ ਆਇਆ ਨਾ, ਉਹਨੂੰ ਇਹ ਐਗਜ਼ਾਮਿਨ ਕਰ ਰਹੇ ਹਾਂ, ਅਸੀਂ ਉਹਦੇ 'ਤੇ ਕਾਰਵਾਈ ਕਰਾਂਗੇ ਜਦੋਂ ਸਾਨੂੰ ਕੰਪਲੇਂਟ ਆ ਗਈ ਉਹਦੇ ਵੱਲੋਂ, ਜਿਹੜੀ ਅਫੈਕਟਡ ਪਾਰਟੀ ਹੈ। ਸਰ ਪਤਾ ਲੱਗਿਆ ਵੀ ਕੈਂਟ 'ਚ ਬੰਦੇ ਨੂੰ, ਮੁੰਡੇ ਨੂੰ ਵੀ ਫੜ ਲਿਆ। ਵੇਖੋ ਇਹ ਤਾਂ ਕੋਈ ਗੱਲਬਾਤ ਨਹੀਂ ਹੈ, ਲੇਕਿਨ ਆਪਾਂ ਤਸਦੀਕ ਕਰਕੇ ਹੀ ਕਾਰਵਾਈ ਕਰਾਂਗੇ। ਇਸ ਵਿੱਚ ਵਟਸਐਪ ਚੈਟ ਵੀ ਮੌਜੂਦ ਹੈ, ਜਿਸ ਵਿੱਚ ਦੋਵਾਂ ਪਾਸਿਓਂ ਗੱਲਾਂ ਸਾਹਮਣੇ ਆ ਰਹੀਆਂ ਨੇ। ਭਾਵੇਂ ਇਸ ਵਿੱਚ ਦੋਵਾਂ ਦੀ ਮਰਜ਼ੀ ਹੋਵੇ, ਪਰ ਫਿਰ ਵੀ ਵਿਦਿਆਰਥੀ ਵੱਲੋਂ ਇਹ ਵੀਡੀਓ ਰਿਕਾਰਡ ਕਰਕੇ ਵਾਇਰਲ ਕਰਨਾ ਇੱਕ ਗਲਤ ਗੱਲ ਹੈ। ਪਰ ਫਿਲਹਾਲ ਮੈਡਮ ਪੁਲਿਸ ਅੱਗੇ ਨਹੀਂ ਆਈ ਅਤੇ ਸਕੂਲ ਵੱਲੋਂ ਵੀ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ। ਅਜੋਕੇ ਜ਼ਮਾਨੇ ਵਿੱਚ ਗੁਰੂ ਅਤੇ ਵਿਦਿਆਰਥੀ ਦੇ ਮਾਇਨੇ ਹੀ ਬਦਲ ਚੁੱਕੇ ਨੇ। ਜਿੱਥੇ ਪਹਿਲਾਂ ਵਿਦਿਆਰਥੀ ਗੁਰੂ ਅੱਗੇ ਸੀਸ ਨਵਾ ਕੇ ਗੱਲ ਕਰਦੇ ਸਨ, ਉੱਥੇ ਹੀ ਅੱਜ ਅਜਿਹੀਆਂ ਹਰਕਤਾਂ ਦੇਖਣ ਨੂੰ ਮਿਲ ਰਹੀਆਂ ਨੇ। ਜਲੰਧਰ ਤੋਂ ਜਤਿੰਦਰ ਸ਼ਰਮਾ ਨਾਲ ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।